ਤਖ਼ਤ 'ਤੇ ਬਿਰਾਜਮਾਨ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਮਿੱਠੀ ਅਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਜਿਨ੍ਹਾਂ ਦਾ ਜੋਤੀ ਜੋਤ ਪੁਰਬ ਆਪ ਸਮੂਹ ਸੰਗਤਾਂ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹੋ। ਗੁਰੂ ਨਾਨਕ ਸਾਹਿਬ ਨੇ ਸਿੱਖ ਪੰਥ ਦਾ ਆਗਾਜ਼ ਕੀਤਾ ਉਸ ਸਮੇਂ ਜੋ ਉਹਨਾਂ ਨੇ ਲੋੜ ਸਮਝੀ, ਕਿਉਂਕਿ ਜੋ ਉਸ ਸਮੇਂ ਦੇ ਮੁੱਖ ਧਰਮ ਸਨ ਉਹ ਧਰਮ ਦੇ ਠੇਕੇਦਾਰ ਭੋਲੀ ਭਾਲੀ ਲੁਕਾਈ ਨੂੰ ਠੱਗ ਰਹੇ ਸਨ, ਲੁੱਟ ਰਹੇ ਸਨ, ਪੁੱਠੇ ਰਸਤੇ ਪਾ ਰਹੇ ਸਨ। ਅਤੇ ਜਿਸ ਤਰ੍ਹਾਂ ਬੜੀ ਸੋਹਣੀ ਗੱਲ ਦੱਸੀ ਸਰਦਾਰ ਕਰਮਸਰ ਸਾਹਿਬ ਹੋਣਾ ਨੇ ਕਿ ਗੁਰੂ ਨਾਨਕ ਸਾਹਿਬ ਨੂੰ ਇਸ ਗੱਲ ਦੀ ਦਰਦ ਸੀ, ਇਸ ਗੱਲ ਦੀ ਪੀੜਾ ਸੀ ਕਿ ਸਮਾਜ ਦੇ ਵਿੱਚ ਇਹ ਇੰਨੀਆਂ ਬੁਰਾਈਆਂ ਹੈ ਅਤੇ ਉਹ ਬੁਰਾਈਆਂ ਦੀ ਕਿਸ ਤਰ੍ਹਾਂ ਬੁਰਾਈਆਂ ਤੋਂ ਨਿਜਾਤ ਪਾਇਆ ਜਾ ਸਕੇ, ਕਿਸ ਤਰ੍ਹਾਂ ਸੰਗਤ ਨੂੰ, ਕਿਸ ਤਰ੍ਹਾਂ ਜਨਤਾ ਨੂੰ, ਲੁਗਾਈ ਨੂੰ ਜਾਗਰੂਕ ਕੀਤਾ ਜਾ ਸਕੇ। ਅਤੇ ਗੁਰੂ ਨਾਨਕ ਸਾਹਿਬ ਨੇ ਇੱਕ ਮਿਸ਼ਨ ਆਰੰਭਿਆ ਔਰ ਉਹਨਾਂ ਨੇ ਉਸ ਮਿਸ਼ਨ ਦੇ ਦੌਰਾਨ ਜੋ ਉਦਾਸੀਆਂ ਕੀਤੀਆਂ, ਚਾਰ ਉਦਾਸੀਆਂ ਗੁਰੂ ਨਾਨਕ ਸਾਹਿਬ ਨੇ ਕੀਤੀਆਂ ਔਰ ਉਹਨਾਂ ਉਦਾਸੀਆਂ ਦਾ ਮਿਸ਼ਨ ਸੀ ਜੋ ਗੁਰੂ ਨਾਨਕ ਸਾਹਿਬ ਦਾ ਉਹ ਇਹੀ ਸੀ ਕਿ ਜਿੱਥੇ ਜਿੱਥੇ ਉਹ ਜਾ ਰਹੇ ਸਨ ਉੱਥੇ ਉੱਥੇ ਉਹ ਗੋਸ਼ਟੀਆਂ ਕਰਕੇ, ਸੰਗਤ ਕਰਕੇ ਜਿਹੜੇ ਭੁੱਲੇ ਭਟਕੇ ਸਨ ਜਾਂ ਜਿਹੜੇ ਲੁੱਟ ਰਹੇ ਸਨ ਉਹਨਾਂ ਦਾ ਸੁਧਾਰ ਕੀਤਾ। ਜੇ ਉਹਨਾਂ ਨੇ ਯੋਗੀਆਂ ਦੇ ਨਾਲ ਗੋਸ਼ਟੀ ਕੀਤੀ ਹਰਿਦੁਆਰ, ਉਹਨਾਂ ਨੇ ਪਾਂਡਿਆਂ ਦੇ ਨਾਲ ਗੋਸ਼ਟੀ ਕੀਤੀ ਕੁਰੂਕਸ਼ੇਤਰ ਵਿਖੇ, ਉਹਨਾਂ ਨੇ ਗੋਸ਼ਟੀ ਕੀਤੀ ਜਗ੍ਹਾ ਜਗ੍ਹਾ 'ਤੇ ਜਿੱਥੇ ਵੀ ਬੁਰਾਈ ਨਜ਼ਰ ਆਈ ਉੱਥੇ ਗੁਰੂ ਨਾਨਕ ਸਾਹਿਬ ਨੇ ਜਾ ਕੇ ਸੱਜਣ ਠੱਗ ਵਰਗਿਆਂ ਨੂੰ ਸਿੱਧੇ ਰਸਤੇ ਪਾਇਆ। ਵਲੀ ਕੰਧਾਰੀ ਜਿਸ ਨੂੰ ਆਪਣਾ ਬੜਾ ਮਾਣ ਸੀ, ਆਪਣਾ ਬੜਾ ਹੰਕਾਰ ਸੀ ਸ਼ਕਤੀਆਂ ਦਾ ਔਰ ਲੋਕਾਂ ਨੂੰ ਤੰਗ ਕਰਦਾ ਸੀ, ਪਰੇਸ਼ਾਨ ਕਰਦਾ ਸੀ, ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਸਿੱਧੇ ਰਸਤੇ ਪਾਇਆ। ਸੋ ਬਹੁਤ ਸਾਰੀਆਂ, ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹੋ ਇਤਿਹਾਸ ਦੇ ਵਿੱਚ ਤੁਹਾਨੂੰ ਸਮਝ ਆਏਗੀ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਬਾਰੇ ਜਦੋਂ ਪੜ੍ਹੋਗੇ ਕਿ ਗੁਰੂ ਨਾਨਕ ਸਾਹਿਬ ਨੇ ਆਪਣਾ ਸਾਰਾ ਸਰੀਰਕ ਤੌਰ ਦੇ ਉੱਤੇ ਜੀਵਨ ਜਿਹੜਾ ਸੀ ਉਹ ਪੂਰੇ ਸਮਾਜ ਨੂੰ ਸੁਧਾਰਨ ਦੇ ਲਈ ਲਗਾਇਆ ਔਰ ਸਿੱਖ ਪੰਥ ਦਾ ਆਗਾਜ਼ ਹੋਇਆ। ਕਿਉਂਕਿ ਜਿੱਥੇ ਵੀ ਜਿੱਥੇ ਗੁਰੂ ਨਾਨਕ ਸਾਹਿਬ ਗਏ ਉੱਥੇ ਹੀ ਸੰਗਤ ਨੇ ਜਦੋਂ ਸੁਧਾਰ ਦੇਖਿਆ, ਇੱਕ ਚੰਗਾ ਲੀਡਰ ਦੇਖਿਆ, ਇੱਕ ਚੰਗਾ ਗੁਰੂ ਦੇਖਿਆ ਅਤੇ ਸੰਗਤ ਉਹਨਾਂ ਦੇ ਨਾਲ ਜੁੜਦੀ ਗਈ। ਅੱਜ ਇੰਨੇ ਸਾਲਾਂ ਬਾਅਦ ਵੀ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਨੇ ਉੱਥੋਂ ਦੇ ਲੋਕ ਅੱਜ ਵੀ, ਬੇਸ਼ੱਕ ਸਾਡੀ ਕੌਮ ਉਹਨਾਂ ਨੂੰ ਨਹੀਂ ਸੰਭਾਲ ਸਕੀ, ਇਹ ਸਾਡੀ ਕੌਮ ਦੀ ਕਮੀ ਰਹੀ ਹੈ, ਵਰਨਾ ਅੱਜ ਸਿੱਖ ਪੰਥ ਦਾ ਜੋ ਸਾਈਜ਼ ਹੈ ਬਹੁਤ ਵੱਡਾ ਹੁੰਦਾ, ਲੇਕਿਨ ਅਸੀਂ ਨਹੀਂ ਸੰਭਾਲ ਪਾਏ। ਲੇਕਿਨ ਅੱਜ ਵੀ ਉਹ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਉੱਥੇ ਸੰਗਤ ਜਿਹੜੀ ਆ ਉਹ ਅੱਜ ਵੀ ਗੁਰੂ ਨਾਨਕ ਨਾਮ ਲਿਵਾਈ ਹੈ। ਗੁਰੂ ਨਾਨਕ ਸਾਹਿਬ ਨੇ ਕੇਵਲ ਨਾ ਹਿੰਦੁਸਤਾਨ ਦੇ ਵਿੱਚ ਬਲਕਿ ਹਿੰਦੁਸਤਾਨ ਤੋਂ ਬਾਹਰ, ਜੇ ਆਪਾਂ ਨੇਪਾਲ ਦੀ ਗੱਲ ਕਰੀਏ, ਬਰਮਾ ਦੀ ਗੱਲ ਕਰੀਏ, ਭੂਟਾਨ ਦੀ ਗੱਲ ਕਰੀਏ, ਸ਼੍ਰੀਲੰਕਾ ਦੀ ਗੱਲ ਕਰੀਏ,
ਸਾਰੀ ਜਗ੍ਹਾ ਦੂਰ ਦੂਰ ਤੱਕ ਗੁਰੂ ਨਾਨਕ ਸਾਹਿਬ ਨੇ ਜਾ ਕੇ ਪੈਦਲ ਯਾਤਰਾ ਕਰਕੇ ਔਰ ਸਮਾਜ ਦੇ ਵਿੱਚ ਸੁਧਾਰ ਕੀਤਾ। ਲੇਕਿਨ ਸੰਗਤ ਜੀ, ਮੈਂ ਅੱਜ ਮੈਨੂੰ ਵੀ ਉਸ ਗੱਲ ਦਾ ਦਰਦ ਹੁੰਦਾ ਹੈ, ਜਿਸ ਤਰ੍ਹਾਂ ਹੁਣੇ ਕਰਮਸਰ ਜੀ ਨੇ ਦੱਸਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਮਿਸ਼ਨ ਲਿਆ ਅਤੇ ਕੌਮ ਦਾ ਆਰੰਭ ਕੀਤਾ, ਸਿੱਖ ਕੌਮ ਸਿੱਖ ਪੰਥ ਦਾ। ਅਤੇ ਸਿੱਖ ਪੰਥ ਦਾ ਅਸੂਲ ਕੀ ਸੀ ਕਿ ਮਾਨਵਤਾ ਦੀ ਸੇਵਾ ਔਰ ਨਾਮ ਜਪਣਾ, ਕਿਰਤ ਕਰਨੀ ਔਰ ਵੰਡ ਕੇ ਛਕਣਾ, ਇਹ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਸੀ। ਅਤੇ ਬਾਣੀ ਦੇ ਲੜ ਲਾਇਆ ਸੀ, ਕਿਹੜੀ ਬਾਣੀ ਦੇ ਲੜ ਲਾਇਆ ਸੀ, ਜਿਹੜੀ ਉਸ ਅਕਾਲ ਪੁਰਖ ਦੀ ਬਾਣੀ ਸੀ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਿਹਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਅਤੇ ਉਸ ਬਾਣੀ ਦੇ ਲੜ ਲਗਾਇਆ ਸੀ। ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਅਸੀਂ ਗੁਰੂ ਵਾਲੇ ਬਣਨ ਨੂੰ ਤਿਆਰ ਨਹੀਂ, ਅੱਜ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ। ਬਹੁਤ ਸਾਰੇ ਸੱਜਣ ਐਸੇ ਮਿਲਦੇ ਜਿਹੜੇ ਕਹਿੰਦੇ ਜੀ ਅੰਮ੍ਰਿਤ ਭੰਗ ਹੋ ਗਿਆ। ਵੀ ਕਿਉਂ ਭੰਗ ਹੋ ਗਿਆ? ਸਾਡੇ ਗੁਰੂ ਨੇ ਜਦ ਸਾਨੂੰ ਸਮਝਾਇਆ ਸੀ ਗੁਰੂ ਵਾਲੇ ਬਣ ਗਏ, ਤਾਂ ਫਿਰ ਗੁਰੂ ਤੋਂ ਵਿਛੋੜਾ ਕਿਉਂ ਕੀਤਾ? ਫਿਰ ਅੱਜ ਦੇਖੋ ਨਸ਼ੇ ਸਾਡੀ ਕੌਮ ਦੇ ਵਿੱਚ ਕਿੰਨੇ ਨਸ਼ੇ ਜਿਹੜੇ ਹੈਵੀ ਹੋ ਗਏ। ਸਾਡੇ ਗੁਰੂਆਂ ਨੇ ਸਾਰਾ ਜੀਵਨ ਇਸੇ ਕੰਮ 'ਤੇ ਲਗਾਇਆ ਸੀ, ਸੁਧਾਰ ਦੇ ਉੱਤੇ, ਅਤੇ ਅਸੀਂ ਅੱਜ ਉਹ ਸੁਧਾਰ ਤੋਂ ਬਾਹਰ ਦੂਰ ਚਲੇ ਗਏ। ਔਰ ਸਭ ਤੋਂ ਵੱਡਾ ਅਫਸੋਸ ਇਸ ਗੱਲ ਦਾ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿੱਥੋਂ ਸਾਰੀਆਂ ਹੀ ਪ੍ਰਾਪਤੀਆਂ ਹੋਣੀਆਂ, ਤੁਹਾਡੇ ਕਾਰੋਬਾਰ ਵੀ ਇੱਥੋਂ ਕਿਰਪਾ ਹੋਣੀ ਹੈ, ਤੁਹਾਡੇ ਬੱਚਿਆਂ 'ਤੇ ਵੀ ਇੱਥੋਂ ਕਿਰਪਾ ਹੋਣੀ ਹੈ, ਤੁਹਾਡੇ ਪਰਿਵਾਰ 'ਤੇ ਵੀ ਇੱਥੋਂ ਕਿਰਪਾ ਹੋਣੀ ਹੈ। ਲੇਕਿਨ ਅਫਸੋਸ ਇਸ ਗੱਲ ਦਾ ਲੱਗਦਾ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਭੁਲਾ ਕੇ ਅਤੇ ਅਸੀਂ ਨਕਲੀ ਜਿਹੜੇ ਤਾਂਤਰਿਕ ਹੈ ਜਿਹੜੇ ਕਰ ਰਹੇ ਆ ਵੰਨ ਸਵੰਨੇ, ਜਿਨ੍ਹਾਂ ਦੇ ਕੋਲ ਰਮਜਾ ਦਿੰਦੇ ਆ, ਅਸੀਂ ਉੱਧਰ ਤੁਰ ਪੈਂਦੇ ਹਾਂ, ਸਮਾਧਾਂ 'ਤੇ ਜਾਣ ਲੱਗ ਜਾਂਦੇ ਹਾਂ। ਸੰਗਤ ਜੀ, ਜਾਗਰੂਕ ਹੋਵੋ, ਆਪਣੇ ਗੁਰੂ ਸਾਹਿਬ ਦੇ ਨਕਸ਼ੇ ਕਦਮਾਂ ਤੋਂ ਜਾਣੀਏ ਕਿ ਗੁਰੂ ਸਾਹਿਬ ਨੇ ਸਾਨੂੰ ਕੀ ਸਮਝਾਉਣਾ ਕੀਤਾ, ਗੁਰੂ ਸਾਹਿਬ ਨੇ ਸਾਨੂੰ ਕਿਸ ਦੇ ਲੜ ਲਾਇਆ। ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ, ਅਤੇ ਤੁਹਾਡੇ ਸਾਰੇ ਦੁੱਖ ਸੁੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੈ, ਤੁਹਾਡੀਆਂ ਸਾਰੀਆਂ ਪ੍ਰਾਪਤੀਆਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀਆਂ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕ ਹੋਣ ਦੇ ਨਾਤੇ ਸਾਧ ਸੰਗਤ ਜੀ, ਮੇਰਾ ਫਰਜ਼ ਬਣਦਾ ਹੈ ਕਿ ਮੈਂ ਇਸ ਗੱਲ ਦੇ ਉੱਤੇ ਪਹਿਰਾ ਦਿਆਂ। ਇੱਕ ਮੈਂ ਪਿੱਛੇ ਇੰਟਰਵਿਊ ਸੁਣ ਰਿਹਾ ਸੀ ਯੂਟਿਊਬ ਦੇ ਉੱਤੇ, ਔਰ ਇੰਟਰਵਿਊ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ। ਉਹ ਇੱਕ ਜੋਤਸ਼ੀ ਸੀ, ਜੋਤਸ਼ੀ ਦੱਸ ਰਿਹਾ ਸੀ ਕਲਕੱਤੇ ਤੋਂ। ਉਹ ਕਹਿੰਦਾ ਜੀ, ਸਭ ਤੋਂ ਜ਼ਿਆਦਾ ਮੇਰੇ ਕਲਾਇੰਟ ਜਿਹੜੇ ਆ ਉਹ ਸਿੱਖ ਆ। ਔਰ ਮੈਨੂੰ ਆਪ ਬੜੀ ਹੈਰਾਨੀ ਹੋਈ ਇਹ ਸੁਣ ਕੇ ਕਿ ਯਾਰ ਸਾਡੇ ਸਿੱਖਾਂ ਨੂੰ ਕੀ ਹੋ ਗਿਆ, ਅਸੀਂ ਕਿਹੜੇ ਪਾਸੇ ਤੁਰ ਪਏ, ਸਾਡੇ ਹੱਥਾਂ ਦੀਆਂ ਲਕੀਰਾਂ ਕਿੱਥੋਂ ਬਣਨੀਆਂ, ਹੱਥਾਂ ਦੀਆਂ ਲਕੀਰਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਮਿਲਣੀਆਂ, ਆਸ਼ੀਰਵਾਦ ਇੱਥੋਂ ਮਿਲਣਾ ਹੈ, ਸਭ ਕੁਝ ਇੱਥੋਂ ਪ੍ਰਾਪਤੀ ਹੋਣੀ ਆ। ਸੋ ਇਸ ਕਰਕੇ ਮੇਰੀ ਬੇਨਤੀ ਆ, ਜਦੋਂ ਅੱਜ ਆਪਾਂ ਇਹ ਮੈਨੂੰ ਕਹਿਣਾ ਇਸ ਕਰਕੇ ਪੈ ਰਿਹਾ ਕਿਉਂਕਿ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਮਨਾ ਰਹੇ ਹਾਂ, ਔਰ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਸ ਰਸਤੇ ਨਹੀਂ ਚੱਲਣ ਵਾਸਤੇ ਨਹੀਂ ਦੱਸਿਆ, ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿੱਧਾ ਰਸਤਾ ਦਿਖਾਇਆ ਸੀ। ਸੋ ਕਰੋ ਕਿਰਪਾ ਕਿ ਅੱਜ ਮੜੀਆਂ ਮਸਾਣਾਂ 'ਤੇ ਛੱਡ ਕੇ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੀਏ, ਗੁਰੂ ਵਾਲੇ ਬਣੀਏ, ਨਿਤਨੇਮ ਦੇ ਧਾਰਨੀ ਬਣੀਏ, ਅੰਮ੍ਰਿਤ ਵੇਲੇ ਉੱਠ ਕੇ ਬਾਣੀ ਦਾ ਨਾਮ ਜਪੀਏ, ਕਿਰਤ ਕਰੀਏ ਔਰ ਵੰਡ ਕੇ ਛਕੀਏ, ਦਸਵੰਧ ਕੱਢੀਏ, ਔਰ ਸਾਡੇ ਸਾਰੇ ਕਾਰਜ ਸਿੱਧੇ ਹੋ ਜਾਣਗੇ। ਗੁਰੂ ਸਾਹਿਬ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ਣ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।